ਪਿਆਰੇ ਵਿਦਿਆਰਥੀਓ ਕੀ ਹਾਲ ਚਾਲ ਹੈ ਅਮੀਰ ਹੈ ਤੁਸੀਂ ਸਾਰੇ ਠੀਕ ਹੋਗੇ ਬੇਟਾ ਅੱਜ ਅਸੀਂ ਕਰਨਾ ਹੈ ਜੋ 8ਵੀਂ ਜਮਾਤ ਦਾ ਸੀ ਚੈਪਟਰ ਕਰ ਰਹੇ ਸੀ ਬੀਜ ਗਣਿਤਕ ਵਿਅੰਜਕ ਅਤੇ ਤਤ ਸਮਕ ਬੀਜ ਗਣਿਤਕ ਵਿਅੰਜਕ ਕੀ ਹੁੰਦੇ ਨੇ ਤਤ ਸਮਕ ਕੀ ਹੁੰਦੇ ਨੇ ਤੁਸੀਂ ਸਾਰੇ ਭਲੀ ਭਾਂਤ ਜਾਣੂ ਹੋ ਅੱਜ ਅਸੀਂ ਤਤ ਸਮਕ ਨਾਲ ਸੰਬੰਧਿਤ ਜੋ ਸਾਡਾ ਅਭਿਆਸ ਹੈ ਅਭਿਆਸ 9.5 ਉਹ ਕਰਨਾ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਕੁਝ ਗੱਲਾਂ ਯਾਦ ਕਰਾਂਗੇ ਕਿ ਮਿਆਰੀ ਤਤਸਮਕ ਕੀ ਹੁੰਦੇ ਹਨ ਕਿਉਂਕਿ ਆਪਾਂ ਜਦੋਂ ਪਿਛਲਾ ਲੈਕਚਰ ਦੇਖਿਆ ਸੀ ਤਾਂ ਉਸ ਵਿੱਚ ਦੇਖਿਆ ਸੀ ਕਿ ਮਿਆਰੀ ਤਤਸਮਕ ਹੁੰਦੇ ਨੇ ਮਿਆਰੀ ਤਤਸਮਕ ਬਾਰੇ ਯਾਦ ਕਰਦੇ ਹਾਂ ਫਿਰ ਆਪਾਂ ਆਪਣੇ ਅਭਿਆਸ ਵੱਲ ਵਧਾਂਗੇ ਜੋ ਮਿਆਰੀ ਤਤਸਮਕ ਹੁੰਦੇ ਨੇ ਮਿਆਰੀ ਤਤਸਮਕ 3+1 3 ਮਿਆਰੀ ਕੀਤੇ 1 ਆਪਾਂ ਹੋਰ ਖਾਸ ਕੀਤਾ ਸੀ ਕਿਹੜੇ-ਕਿਹੜੇ ਸੀਗੇ ਪਹਿਲਾ ਸੀਗਾ a+b ਦਾ ਵਰਗ ਚਾਹੇ ਤੁਸੀਂ ਇਹਨੂੰ ਇਸ ਤਰੀਕੇ ਲਿਖ ਸਕਦੇ ਹੋ a+b a+b ਇਹ ਕਿਸ ਦੇ ਬਰਾਬਰ ਸੀ a ਦਾ ਵਰਗ ਜੋੜ 2ab ਜੋੜ b ਦਾ ਵਰਗ ਇੱਕ ਹੋਰ ਕੀਤਾ ਸੀ ਆਪਾਂ a/b ਦਾ ਵਰਗ ਅਰਥਾਤ a/b ਦੀ a/b ਨਾਲ a की सी a ਦਾ ਵਰਗ ਘਟਾ 2ab b ਦਾ ਵਰਗ ਇੱਕ ਆਪਾਂ ਹੋਰ ਖਾਸ ਕੀਤਾ ਸੀ a b ਦੀ ਗੁਣਾ a b ਨਾ ਕਰ ਦਈਏ ਚਾਹੇ a b ਦੀ ਗੁਣਾ a b ਨਾਲ ਕਰ ਦਈਏ ਆਉਂਦਾ ਕੀ ਸੀ a ਦਾ ਵਰਗ ਘਟਾ b ਦਾ ਵਰਗ ਆ ਤਿੰਨ ਆਪਾਂ ਕੀਤੇ ਸੀ ਇੱਕ ਚੌਥਾ ਆਪਾਂ ਹੋਰ ਕੀਤਾ ਸੀ ਉਹ ਸੀ ਕਿ x a b x b ਨਾਲ ਜੋ ਅਸੀਂ ਕੀਤੀ ਇਹ ਆਇਆ ਨੇ x ਦਾ ਵਰਗ a b ਦੀ ਗੁਣਾ x ਨਾਲ ab ab ਇਹ ਆਪਾਂ ਚਾਰ ਤਤਸਮਕ ਕੀਤੇ ਸੀ ਆਪਾਂ ਹੁਣ ਪਹਿਲਾ ਸਵਾਲ ਕਰਨਾ ਹੈ ਇਸ ਅਭਿਆਸ ਦਾ ਜੋ ਅਭਿਆਸ ਅਸੀਂ ਹੁਣ ਸ਼ੁਰੂ ਕੀਤਾ ਹੈ ਆਪਾਂ ਪਹਿਲਾ ਸਵਾਲ ਦੇਖਦੇ ਹਾਂ ਕਿ ਪਹਿਲਾ ਸਵਾਲ ਹੈ ਕਿ ਹੁਣ ਤੇ ਆਨਲ ਦੇਖਣਾ ਹੈ ហេਠਾਂ ਲਿਖੇ ਗੁਣ ਫਲਾਂ ਵਿੱਚੋਂ ហេਠਾਂ ਲਿਖੇ ਗੁਣ ਫਲਾਂ ਵਿੱਚੋਂ ਹਰੇਕ ਨੂੰ ਪ੍ਰਾਪਤ ਕਰਨ ਲਈ ਕਮੇ ਤਤ ਸਮਕ ਦਾ ਉਪਯੋਗ ਕਰੋ ਠੀਕ ਹੈ ਹੁਣ ਆਪਾਂ ਇਸ ਦਾ ਪਹਿਲਾ ਸਵਾਲ ਲੈਨੇ ਆ ਤੇ ਹੁਣ ਸਮਝਦੇ ਆ ਕਿ ਕਰਨਾ ਕੀ ਹੈ ਕੁਝ ਗੁਣ ਫਲ ਦਿੱਤੇ ਨੇ ਉਹਦਾ ਆਪਾਂ ਮੁੱਲ ਪ੍ਰਾਪਤ ਕਰਨਾ ਹੈ ਕਿ ਗੁਣਾ ਕਰਨ ਤੋਂ ਬਾਅਦ ਸਾਨੂੰ ਕੀ ਪ੍ਰਾਪਤ ਹੋਊਗਾ 2 ਕਵੇਂ ਤੱਤ ਸਮਕ ਅਸੀਂ ਵਰਤਨੇ ਨੇ ਤੱਤ ਸਮਕ ਅਸੀਂ ਪੜਤੇ ਆਏ ਆ ਪਹਿਲਾ ਸਵਾਲ ਹੈ x 3 ਦੀ ਗੁਣਾ x 3 ਜਦੋਂ ਇੱਕੋ ਹੀ ਸੰਖਿਆ ਆਪਣੇ ਆਪ ਨਾਲ ਗੁਣਾ ਹੋ ਜਾਂਦਾ ਉਹਦਾ ਕੀ ਹੋ ਜਾਂਦਾ ਵਰਗ ਹੋ ਜਾਂਦਾ ਜਾਨੀ x 3 ਦਾ ਵਰਗ ਏ ਤੇ ਹੁਣ ਕਿਹੜਾ ਤੱਤ ਸਮਕ ਵਰਤਾਂਗੇ ਅਸੀਂ ਯਾਦ ਕਰੋ ਆਪਾਂ a b ਦਾ ਵਰਗ ਪੜਿਆ ਸੀ a ਦਾ ਵਰਗ ਜੋੜ ਦੋ a b ਜੋੜ b ਦਾ ਵਰਗ ਇਹੀ ਤਤਸਮਕ ਆਪਾਂ ਇੱਥੇ ਵਰਤਾਂਗੇ ਤਾਂ ਆਊਗਾ ਕਿ ਦੇਖੋ a ਯਾਨੀ ਪਹਿਲੀ ਸੰਖਿਆ b ਯਾਨੀ ਦੂਜੀ ਸੰਖਿਆ ਇਹਦੇ ਚ ਪਹਿਲੀ ਸੰਖਿਆ x ਹੈ ਦੂਜੀ ਸੰਖਿਆ 3 ਹੈ ਪਹਿਲੀ ਸੰਖਿਆ ਦਾ ਵਰਗ 2 ਪਹਿਲੀ ਸੰਖਿਆ ਦੂਜੀ ਸੰਖਿਆ ਜੋੜ ਦੂਜੀ ਸੰਖਿਆ ਦਾ ਵਰਗ ਇਹੀ ਹੁੰਦਾ ਹੈ x ਦਾ ਵਰਗ 2 ਦੀ 3 ਨਾਲ ਗੁਣਾ ਕਰਾਂਗੇ 6 x 3 ਦਾ ਵਰਗ ਕਰਾਂਗੇ 9 ਆ ਆ ਕੀਆ ਗਿਆ ਸਾਡਾ ਉੱਤਰ ਆ ਗਿਆ ਆਨਸਰ ਆ ਗਿਆ ਇਹ ਸੀ ਪਹਿਲਾ ਪਾਰਟ ਦੂਜਾ ਸਵਾਲ ਹੈ ਜਿਹੜਾ ਇਸ ਦਾ ਦੂਜਾ ਭਾਗ ਹੈ ਉਹ ਕੀ ਹੈ 2y 5 ਦੀ ਗੁਣਾ 2y 5 ਬਿਲਕੁਲ ਇਹੋ ਜਿਹਾ ਸਵਾਲ ਜਿਹੜਾ ਪਹਿਲਾਂ ਕੀਤਾ ਆਪਾਂ ਆਹੀ ਤੱਤਸਮਕ ਲੱਗੂਗਾ 2y 5 ਦਾ ਕੀ ਹੋ ਗਿਆ ਇਹ ਵਰਗ ਹੋ ਗਿਆ ਆਹਿਤਤ ਸੰਕਤੀ ਵਰਤੋ ਕਰ ਲੋ ਵਰਤੋ ਕਿਹੜਾ a b ਦਾ ਵਰਗ ਬਰਾਬਰ ਹੈ a ਦਾ ਵਰਗ 2ab b ਦਾ ਵਰਗ ਇਹੀ ਵਰਤਨਾ ਆਪਾਂ ਤਾਂ ਹੁਣ ਕੀ ਕਰਾਂਗੇ 2y ਦਾ ਵਰਗ 2 ਪਹਿਲੀ ਸੰਖਿਆ ਆ ਗਈ 2y ਦੂਜੀ ਸੰਖਿਆ 5 ਜੋੜ 5 ਦਾ ਵਰਗ 2 ਦਾ ਵਰਗ 4 y ਦਾ ਵਰਗ y² 2 2 4 5 20 ਨਾਲ ਆ ਗਈ y 5 ਦਾ ਵਰਗ 25 ਇਹ ਇਹਦਾ ਉੱਤਰ ਆ ਗਿਆ ਸੋ ਇਹ ਸੀ ਪਹਿਲੇ ਦੋ ਭਾਗ ਇਸ ਤੋਂ ਬਾਅਦ ਆਪ ਅੱਗੇ ਦੇਖਦੇ ਆਂ ਭਾਗ ਨੰਬਰ 3 ਤੇ ਭਾਗ ਨੰਬਰ 4 ਭਾਗ ਨੰਬਰ 3 2a/7 b 2a/7 ਨਾਲ ਆ ਆਪਸ ਚ ਗੁਣਾ ਹੋ ਰਹੇ ਨੇ ਮਤਲਬ ਇੱਕੋ ਹੀ ਸੰਖਿਆ ਜਿਹੜਾ ਆਪਣੇ ਆਪ ਨੂੰ ਗੁਣਾ ਹੋ ਜੇ ਤਾਂ ਕੀ ਹੋ ਜਾਂਦਾ ਉਹਦਾ ਵਰਗ ਹੋ ਜਾਂਦਾ ਐ ਇੱਥੇ ਕਿਹੜਾ ਤੱਤ ਸਮਕ ਵਰਤਾਂਗੇ ਹੁਣ ਆਪਾਂ ਇੱਥੇ ਕਿਹੜਾ ਤੱਤ ਸਮਕ ਵਰਤਾਂਗੇ ਇੱਥੇ ਵਰਤਾਂਗੇ a/b ਦਾ ਵਰਗ ਪਹਿਲੀ ਸੰਖਿਆ ਘਟਾ ਦੂਜੀ ਸੰਖਿਆ ਦਾ ਵਰਗ ਇਹ ਕੀ ਹੁੰਦਾ ਹੈ a ਦਾ ਵਰਗ ਘਟਾ ਦੋ a b ਜੋੜ b ਦਾ ਵਰਗ ਹੁਣ ਇੱਥੇ ਆਪਾਂ ਇਹ ਤਕਸਮਕ ਲਾਵਾਂਗੇ ਪਹਿਲੀ ਸੰਖਿਆ ਦਾ ਵਰਗ ਯਾਨੀ 2a ਦਾ ਵਰਗ ਘਟਾ 2 2a 7 ਜੋੜ ਦੂਜੀ ਸੰਖਿਆ ਯਾਨੀ 7 ਦਾ ਵਰਗ ਦੋ ਦਾ ਵਰਗ ਕਰਾਂਗੇ 4 a ਦਾ ਵਰਗ ਕਰਾਂਗੇ a ਦਾ ਵਰਗ 2 ਘਟਾ ਇੱਦੀ ਪੈਰੋ 2 2 4 7 28 a 7 ਦਾ ਵਰਗ 49 ਇਹ ਕਿਹਾ ਗਿਆ ਤੀਜੇ ਸਵਾਲ ਦਾ ਆਪਣਾ ਕਿਹਾ ਗਿਆ ਉੱਤਰ ਆ ਗਿਆ ਸਵਾਲ ਨੰਬਰ 4 ਇਸ ਦਾ ਪਹਿਲੇ ਸਵਾਲ ਦਾ ਭਾਗ 4 ਹੈ ਜਿਹੜਾ ਉਹ ਕੀ ਕਹਿੰਦਾ ਹੈ

ਜਦੋਂ ਅਸੀਂ a b a b ਨਾ ਕਰਦੀਏ ਜਾਂ a b a b ਨਾ ਕਰਦੀਏ ਤਾਂ ਆ ਜਾਂਦਾ a ਦਾ ਵਰਗ b ਦਾ ਵਰਗ ਇਹੋ ਜਿਹੀ ਚੀਜ਼ ਇੱਥੇ ਹੈ a b a b a ਕੀ ਹੈ ਧਿਆਨ ਨਾਲ ਦੇਖੋ a ਕੀ ਹੈ 1.1m ਹੈ b ਕੀ ਹੈ 0.4 ਹੈ ਤਾਂ ਇਹਦਾ ਉੱਤਰ ਕੀ ਬਣੂਗਾ a ਦਾ ਵਰਗ a ਕੀ ਹੈ 1.1m ਦਾ ਵਰਗ ਘਟਾ b ਕੀ ਹੈ 0.4 ਦਾ ਵਰਗ ਹੁਣ m ਦਾ ਵਰਗ ਕਰਾਂਗੇ ਤਾਂ m ਦਾ ਵਰਗ ਆ ਜਾਊਗਾ 1.1 ਦੀ ਗੁਣਾ 1.1 ਨਾਲ ਕਰਾਂਗੇ ਤਾਂ ਕੀ ਆਊਗਾ 1.21 ਆਜੂਗਾ ਗੁਣਾ ਤੁਹਾਨੂੰ ਕਰਨੀ ਆਉਂਦੀ ਹੈ 11 ਦੀ ਗੁਣਾ 11 ਨਾਲ ਕਰਾਂਗੇ 121 2 ਇੱਕ ਅੱਖਰ ਦਸ਼ਮਲਵ ਤੋਂ ਇਹਦੇ ਵਿੱਚ ਬਾਅਦ ਹੈ ਇੱਕ ਇਹਦੇ ਵਿੱਚ ਬਾਅਦ ਹੈ ਦੋ ਅੱਖਰ ਦਸ਼ਮਲਵ ਤੋਂ ਬਾਅਦ ਆ ਜਾਣਗੇ ਤਾਂ 1.21 ਐਮ² ਘਟਾ 0.4 ਦੀ ਗੁਣਾ 0.4 ਨਾਲ ਜਦੋਂ ਕਰਾਂਗੇ ਤਾਂ ਉੱਤਰ ਆਜੂ 0.16 0.16 ਇਹਦਾ ਪਾ ਸਾਰਾ ਉੱਤਰ ਕੀਆ ਗਿਆ 1.21 m2 0.16 ਇਹਦਾ ਕੀਆ ਗਿਆ ਉੱਤਰ ਆ ਗਿਆ ਇੱਕ ਸਵਾਲ ਅਸੀਂ ਹੋਰ ਕਰਦੇ ਆ ਇਸੇ ਅਭਿਆਸ ਦਾ ਉਹ ਚਤਤ ਸਮਕ ਕਿਹੜਾ ਲੱਗੂ ਤੁਹਾਨੂੰ ਦੇਖਦੇ ਹੀ ਸਮਝ ਆ ਜੂ ਵੀ ਇਹਦੇ ਵਿੱਚ ਇਹ ਤਤਸਮਕ ਲੱਗਣਾ ਹੈ ਸਵਾਲ ਨੰਬਰ 5 3a/1/2 d 3a/1/2 ਨਾਲ ਹੁਣ ਇਹ ਕੀ ਹੈ a/b a/b ਆਹਨ ਪਹਿਲੇ ਨੂੰ a ਸਮਝ ਕੇ ਦੇਖੋ ਘਟਾ ਆ b ਹੈ ਆ a/b ਆਹੀ ਰਕਮ ਵਾਰੀ-ਵਾਰੀ ਆ ਗਈ ਇੱਕੋ ਸੰਖਿਆ ਆਪਣੇ ਆਪ ਨਾਲ ਗੁਣਾ ਹੋ ਜੇ ਤਾਂ ਕੀ ਹੋ ਜਾਂਦਾ ਇਹਦਾ ਕੀ ਹੋ ਜੂ ਵਰਗ ਹੋ ਜੂਗਾ a-b ਦਾ ਵਰਗ ਕੀ ਹੁੰਦਾ ਹੈ a ਦਾ ਵਰਗ ਘਟਾ 2ab ਜਮਾ b ਦਾ ਵਰਗ ਹੁਣ ਇਹਦੇ ਵਿੱਚ a ਕਿਹਨੂੰ ਮੰਨਣਾ ਹੈ 3 ਨੇ ਨੂੰ b ਕਿਹਨੂੰ ਮੰਨਣਾ ਹੈ 1/2 ਨੂੰ ਵਿਚਾਲੇ ਘਟਾ ਹੈਗੀ ਹੈ ਤਾਂ 3a ਦਾ ਵਰਗ ਘਟਾ 2 ਪਹਿਲੀ ਸੰਖਿਆ 3 ਨੇ ਦੂਜੀ ਸੰਖਿਆ 1/2 ਜਮਾ b ਦਾ ਵਰਗ b ਹੈਗਾ 1/2 ਦਾ ਵਰਗ 3 ਦਾ ਵਰਗ 9 a ਦਾ ਵਰਗ a ਵਰਗ 2 ਨੂੰ 2 ਨਾਲ ਆਪਾਂ ਵੰਡ ਦਾਂਗੇ ਤਾਂ ਇਹ ਦੋਨਾਂ ਦੋ ਵੰਡਿਆ ਜਾਊ ਤਾਂ ਕਿੰਨਾ ਆਜੂ 1 ਆਜੂਗਾ 1 ਦੀ ਗੁਣਾ 3 a ਨਾਲ ਕਰਾਂਗੇ ਤਾਂ ਕਿੰਨਾ ਆਜੂ 3a ਆਜੂਗਾ ਜੋੜ 1 ਦਾ ਵਰਗ 1 2 ਦਾ ਵਰਗ 4 ਆ ਗਿਆ ਗਿਆ ਸਾਡਾ ਉੱਤਰ ਆ ਗਿਆ ਆਨਸਰ ਆ ਗਿਆ ਇੱਕ ਸਵਾਲ ਆਪਾਂ ਹੋਰ ਦੇਖਦੇ ਆ ਇਸੇ ਦੇ a² b² ਸਵਾਲ ਨੰਬਰ 6 a² b² ਇਹਦੀ ਗੁਣਾ ਹੈ ਘਟਾ a² b² ਇਹਦੇ ਨਾਲ ਥੋੜਾ ਦਿਮਾਗ ਲਾਉਨੇ ਆਪਾਂ b a ਦਾ ਤਾਂ ਆਪਾਂ ਕੀ ਕਰੋ b² ਨੂੰ ਅੱਗੇ ਲਿਓ b² a² ਇਸ ਨੂੰ ਇਸ ਤਰੀਕੇ ਲਿਖ ਸਕਦੇ ਹੋ ਕਿਉਂਕਿ a ਚ b ਜੋੜੋ b ਚ a ਜੋੜੋ ਇੱਕੋ ਹੀ ਗੱਲ ਹੈ b ਦੇ ਵਰਗ ਚ a ਦਾ ਵਰਗ ਜੋੜੋ a ਦੇ ਵਰਗ ਚ b ਦਾ ਵਰਗ ਜੋੜੋ ਇੱਕੋ ਹੀ ਗੱਲ ਹੈ ਐਸੇ ਤਰੀਕੇ ਇੱਥੇ b ਦਾ ਵਰਗ ਅੱਗੇ ਲਿਓ ਘਟਾ a ਦਾ ਵਰਗ ਪਿੱਛੇ ਲਿਓ ਹੁਣ ਧਿਆਨ ਨਾਲ ਸਮਝੋ ਆਪਾਂ ਪੜਿਆ ਸੀ ਕਿ a b a b ਕੀ ਦੇ ਬਰਾਬਰ ਹੁੰਦਾ a² b² ਹੁਣ ਇੱਥੇ a ਦੀ ਥਾਂ ਤੇ b ਦਾ ਵਰਗ ਹੈ b ਦੀ ਥਾਂ ਤੇ ਕੀ ਹੈ a ਦਾ ਵਰਗ ਹੈ ਠੀਕ ਹੈ ਤਾਂ ਆਪਾਂ ਕੀ ਕਰਾਂਗੇ ਜਿਹੜੀ ਪਹਿਲੀ ਸੰਖਿਆ b ਦਾ ਵਰਗ ਹੈ ਉਹਦਾ ਕੀ ਕਰ ਦਾਂਗੇ ਵਰਗ ਕਰ ਦਾਂਗੇ ਪਹਿਲੀ ਸੰਖਿਆ ਦਾ ਵਰਗ ਹੋ ਜਾਂਦਾ ਹੈ ਘਟਾ ਦੂਜੀ ਸੰਖਿਆ a ਦਾ ਵਰਗ ਹੈ ਉਹਦਾ ਕੀ ਕਰ ਦਾਂਗੇ ਵਰਗ b ਦੇ ਵਰਗ ਦਾ ਵਰਗ ਤੁਸੀਂ ਵਰਗ ਵਾਲੇ ਚੈਪਟਰ ਵਿੱਚ ਨਿਯਮ ਪੜ੍ਹਿਆ ਹੋਇਆ ਹੈ ਕਿ ਜਦੋਂ a ਦੀ ਪਾਵਰ m ਦੀ ਪਾਵਰ n ਹੋ ਜੇ ਤਾਂ a ਦੀ ਪਾਵਰ mn ਹੋ ਜਾਂਦੀ ਹੈ ਇਹ ਪਾਵਰਾਂ ਆਪਸ ਦੇ ਵਿੱਚ ਜਿਹੜੇ ਸ਼ਕਤੀਆਂ ਨੇ ਆਪਸ ਚ ਘਾਤਾਂ ਨੇ ਗੁਣਾ ਹੋ ਜਾਂਦੀਆਂ ਨੇ 2 ਦੀ ਘਾਤ 2 ਕਿੰਨਾ ਹੋ ਜੀ 4 ਹੋ ਜਾਊਗਾ ਐਸੇ ਤਰੀਕੇ a ਦੀ 2 ਦੀ ਘਾਤ 2 ਐ ਇਹ ਵੀ ਕੀ ਹੋ ਗਿਆ 4 ਹੋ ਗਿਆ ਤਾਂ ਉੱਤਰ ਕੀ ਆ ਗਿਆ ਆਪਣਾ b ਦੀ 4 ਘਟਾ a ਦੀ 4 ਹੁਣ ਇੱਕ ਸਵਾਲ ਆਪਾਂ ਹੋਰ ਲੈਨੇ ਆ ਇਹਦੇ ਨਾਲ ਰਲਦਾ ਮਿਲਦਾ ਐਸੇ ਅਭਿਆਸ ਦੇ ਵਿੱਚੋਂ ਸਵਾਲ ਨੰਬਰ ਮੈਂ 8 ਲੈ ਲੈਣਾ ਘਟਾ a ਜਮਾ c ਘਟਾ a ਜਮਾ c ਇੱਕੋ ਹੀ ਸੰਖਿਆ ਦੋ ਵਾਰੀ ਆ ਗਈ ਗੁਣਾ ਹੋ ਗਈ ਤਾਂ ਕੀ ਹੋ ਗਿਆ ਕਟਾ a ਜਮਾ c ਦਾ ਕੀ ਹੋ ਗਿਆ ਵਰਗ ਹੋ ਗਿਆ ਹੁਣ ਇੱਥੇ ਕੀ ਕਰ ਸਕਦੇ ਹਾਂ ਤੁਸੀਂ ਇਸ ਨੂੰ ਹੋਰ ਤਰੀਕੇ ਲਿਖ ਸਕਦੇ ਹੋ c ਜਮਾ ਦਾ a ਕਟਾ ਦਾ ਇਸ ਨੂੰ ਇਸ ਤਰੀਕੇ ਵੀ ਲਿਖ ਸਕਦੇ ਹੋ ਇਹ ਤੇ ਕਿਹੜਾ ਤਤਸਮਕ ਲੱਗਿਆ ਇਹ ਤੇ ਲੱਗਿਆ a ਕਟਾ b ਦਾ ਵਰਗ ਬਰਾਬਰ ਹੈ a ਦਾ ਵਰਗ ਕਟਾ 2ab ਜਮਾ b ਦਾ ਵਰਗ ਯਾਨੀ c ਦਾ ਵਰਗ ਕਟਾ 2 c a ਜਮਾ a ਦਾ ਵਰਗ ਕੀ ਆ ਗਿਆ c ਦਾ ਵਰਗ ਘਟਾ 2ac ਜਮਾ a ਦਾ ਵਰਗ ਕੀ ਆ ਗਿਆ ਦਾ ਆਨਸਰ ਆ ਗਿਆ ਇੱਕ 파ਟ ਆਪਾਂ ਹੋਰ ਦੇਖਦੇ ਹਾਂ ਫਿਰ ਆਪਾਂ ਅਗਲੇ ਸਵਾਲ ਵੱਲ ਵਧਾਂਗੇ ਜਿਹੜੇ ਬਾਕੀ ਭਾਗ ਰਹਿ ਗਏ ਇਸ ਸਵਾਲ ਦੇ ਇੱਕ ਜਾਂ ਦੋ ਭਾਗ ਨਾ ਜਾਣ ਬੁੱਝ ਕੇ ਛੱਡੇ ਨੇ ਬਹੁਤ ਆਸਾਨ ਨੇ ਉਹ ਤੁਸੀਂ ਆਪਣੇ ਆਪ ਕਰਨੇ ਨੇ ਇੱਕ ਭਾਗ ਆਪਾਂ ਹੋਰ ਦੇਖਨੇ ਆ ਭਾਗ ਨੰਬਰ 9 ਭਾਗ ਨੰਬਰ 9 ਕੀ ਕਹਿੰਦਾ ਹੈ x/2 3y/4 ਦੀ ਗੁਣਾ x/2 3y/4 ਇੱਕੋ ਹੀ ਸੰਖਿਆ ਆਪਣੇ ਆਪ ਨਾਲ ਦੁਬਾਰਾ ਗੁਣਾ ਹੋ ਰਹੀ ਹੈ ਤਾਂ ਇਹਦਾ ਕੀ ਹੋ ਗਿਆ x/2 3y/4 ਦਾ ਕੀ ਹੋ ਗਿਆ ਵਰਗ ਹੋ ਗਿਆ ਏ ਤੇ ਤੱਤ ਸਮ ਕਿਹੜਾ ਲਾ ਦਾਂਗੇ ਆਪਾਂ a b ਦਾ ਵਰਗ ਬਰਾਬਰ ਹੈ a ਦਾ ਵਰਗ 2ab b ਦਾ ਵਰਗ x 2 ਦਾ ਵਰਗ 2 ਪਹਿਲੀ ਸੰਖਿਆ x 2 ਦੂਜੀ ਸੰਖਿਆ 3y 4 3y 4 ਦਾ ਵਰਗ x² 2² 4 2 ਨਾਲ 2 ਭਾਗ ਹੋ ਕੇ ਕੀ ਬਣ ਜੂਗਾ 1 ਬਣ ਜੂਗਾ ਤਾਂ ਥੱਲੇ ਕੀ ਲਿਖਿਆ 1 ਦੀ ਗੁਣਾ 4 ਨਾਲ 4 3 ਦੀ ਗੁਣਾ x ਦੀ ਗੁਣਾ y ਨਾਲ 3xy ਜੋੜ 3 ਦਾ ਵਰਗ 9 y ਦਾ ਵਰਗ 4 ਦਾ ਵਰਗ 16 ਇਹ ਕੀ ਆ ਗਿਆ ਆਪਣਾ ਉੱਤਰ ਆ ਗਿਆ ਸੋ ਇਹ ਸੀ ਆਪਣਾ ਸਵਾਲ ਨੰਬਰ 1 ਅਭਿਆਸ 9.5 ਦਾ ਹੁਣ ਆਪਾਂ ਸਵਾਲ ਨੰਬਰ ਕਰਾਂਗੇ 2 ਸਵਾਲ ਨੰਬਰ 2 ਕੀ ਕਹਿੰਦਾ ਉਹਦੇ ਵਿੱਚ ਆਪਾਂ ਜਿਹੜਾ ਚੌਥਾ ਤਤਸਮਕ ਕੀਤਾ ਸੀ ਆਪਾਂ ਤਿੰਨ ਮਿਆਰੀ ਤਤਸਮਕ ਇਹ ਸਵਾਲ ਵਿੱਚ ਅਸੀਂ ਵਰਤੋਂ ਕਰ ਲਏ ਚੌਥੇ ਦੀ ਵਰਤੋਂ ਕਰਨੀ ਹੈ ਸਵਾਲ ਕੀ ਹੈ ਹੇਠਾਂ ਲਿਖੇ ਗੁਣਵਾਲਾ ਨੂੰ ਪਤਾ ਕਰਨ ਦੇ ਲਈ ਹੇਠਾਂ ਲਿਖੇ ਗੰਨ ਫਲਾਂ ਨੂੰ ਪਤਾ ਕਰਨ ਦੇ ਲਈ ਤਤਸਮਕ x a ਦੀ ਗੁਣਾ x b ਬਰਾਬਰ ਹੈ x² ਜੋੜ a ਜੋੜ b x ਜੋੜ a b ਦੀ ਵਰਤੋਂ ਕਰੋ ਹੁਣ ਇਹ ਆ ਤਤ ਸਮਕ ਦੀ ਵਰਤੋਂ ਕਰਨੀ ਹੈ ਜਿਹੜਾ ਆਪਾਂ ਚੌਥਾ ਕੀਤਾ ਸੀ ਇਹਦਾ ਪਹਿਲਾ ਭਾਗ ਕੀ ਹੈ ਪਹਿਲਾ ਭਾਗ ਹੈ ਕਿ x 3 x 7 x 3 ਦੀ ਗੁਣਾ x 7 ਨਾਲ ਧਿਆਨ ਨਾਲ ਦੇਖੋ ਜੇ ਤੁਸੀਂ ਇਹ ਨਾਲ ਤੁਲਨਾ ਕਰੋਗੇ x ਤਾਂ ਹੈਗੀ ਹੈਗਾ a ਦੀ ਥਾਂ ਤੇ 3 ਹੈ b ਦੀ ਥਾਂ ਤੇ ਕੀ ਹੈ 7 a ਦਾ ਮੁੱਲ 3 ਹੈ b ਦਾ ਮੁੱਲ 7 ਹੈ ਤਾਂ ਫਾਰਮੂਲਾ ਅਹੀ ਲੱਗ ਜੂ x ਦਾ ਵਰਗ ਉਦੋਂ ਬਾਅਦ a b a ਕਿੰਨਾ ਸੀ 3 ਸੀਗਾ ਜਮਾ b ਕਿੰਨਾ 7 ਹੈ b x ਨਾਲ ਜਮਾ a ਦੀ b ਨਾਲ 3 7 x ਦਾ ਵਰਗ 3 ਜੋੜ 7 ਕਿੰਨਾ ਹੋ ਗਿਆ 10 10 ਦੀ x ਨਾਲ ਗੁਣਾ ਹੋ ਗਈ 10x 3 7 21 ਕੀ ਆ ਗਿਆ ਤੁਹਾਡਾ ਉੱਤਰ ਆ ਗਿਆ ਏਸੇ ਦਾ ਭਾਗ ਨੰਬਰ 2 ਦੇਖੋ 4x 5d 4x 1 ਹੁਣ ਜਿਹੜਾ x ਹੈ ਉਹ ਉਹ ਕੀ ਅਸਲ ਚੀਜ਼ ਹੈ 4x ਹੈ a ਹੈ ਜਿਹੜਾ ਉਹ ਕੀ ਹੈ 5 ਹੈ b ਹੈ ਜਿਹੜਾ ਉਹ ਕੀ ਹੈ 1 ਹੈ ਇਸ ਫਾਰਮੂਲੇ ਨਾਲ ਤੁਲਨਾ ਕਰਕੇ ਦੇਖੋ ਇਸ ਤਤਸਮਕ ਨਾਲ ਤੁਲਨਾ ਕਰਕੇ ਦੇਖੋ ਆਊਗਾ ਕੀ ਫਿਰ ਪਹਿਲਾ x ਦਾ ਵਰਗ ਯਾਨੀ 4x ਦਾ ਵਰਗ ਫਿਰ a ਜੋੜ b a ਹੈਗਾ 5 b ਹੈਗਾ 1 b x ਨਾਲ ਪਰ x ਤਾਂ ਹੈ ਨਹੀਂ ਹੁਣ ਕੀ ਇਹ 4x ਹੈ ਇਹਦੀ 4x ਨਾਲ ਜਮਾ a ਤੇ b ਦੀ ਗੁਣਾ 4 ਦਾ ਵਰਗ 16 x² 5 ਤੇ 1 6 4x ਨਾਲ 5 ਤੇ 1 6 ਬ੍ਰੈਕਟ ਹੱਲ ਕਰ ਲਈ ਉਹਦੀ ਗੁਣਾ 4x ਨਾਲ 5 1 5 16x2 6 ਚੋਕਾ 24x ਜਮਾ 5 ਇਹ ਕੀ ਆ ਗਿਆ ਤੁਹਾਡਾ ਉੱਤਰ ਆ ਗਿਆ ਇਹ ਸੀ ਸਵਾਲ ਨੰਬਰ 2 ਹੁਣ ਆਪਾਂ ਸਵਾਲ ਨੰਬਰ ਇਹਦਾ 3 ਦੇਖਨੇ ਆ ਇਸੇ ਦਾ ਭਾਗ ਨੰਬਰ 3 ਦੇਖਦੇ ਆ ਇਸੇ ਸਵਾਲ ਦਾ ਭਾਗ ਨੰਬਰ 3 ਕੀ ਕਹਿੰਦਾ 4x ਘਟਾ ਦਾ 5 4x ਘਟਾ ਦਾ 1 ਹੁਣ ਤੱਕ ਸਮਝਦਾ ਆਪਾਂ ਵਰਤਨਾ ਵੀ x a ਹੈ x b ਹੈ ਪਹਿਲਾਂ ਆ ਚੀਜ਼ ਆਪਾਂ ਕੋਲ ਹੈਗੀ ਹੈ ਆਪਣੇ ਕੋਲ ਘਟਾਇ ਚ ਆ ਗਈ ਤਾਂ ਆਪਾਂ ਕਰਾਂਗੇ ਕੀ ਆਪਾਂ ਕਰਾਂਗੇ 4x ਇੱਥੇ ਜਮਾ ਦੇ ਨਿਸ਼ਾਨੀ ਪਾ ਕੇ ਬ੍ਰੈਕਟ ਦੇ ਵਿੱਚ ਆ ਬ੍ਰੈਕਟ ਇੱਥੇ ਕਰ ਲਓ ਦੂਜੀ ਘਟਾ ਦਾ 5 ਕਿਉਂਕਿ ਜਮਾ ਦੀ ਜਦੋਂ ਘਟਾ ਨਾਲ ਗੁਣਾ ਹੋਊਗੀ ਤਾਂ ਘਟਾਈ ਬਣ ਜਾਂਦਾ ਆਪਾਂ ਇਸ ਤਰੀਕੇ ਇਸ ਨੂੰ ਲਿਖ ਸਕਦੇ ਹਾਂ ऐसे तरीके चार एक्स जमा घटा दा एक हूँ अंदर छोटी ब्रैक्ट सी इस करके बार मैं कि लाती वी ब्रैक्ट लाती चार ए बन गया देखो हम एक्स जमा ए, एक्स जमा बी ए बन गया होंगे की है एक्स का वर्ग यानी चार एक्स का वर्ग हो गया फिर ए जमा बी ए कटा घटा दा है ਜਮਾ b b ਕਿੰਨਾ ਘਟਾ ਦਾ 1 ਹੈ b x ਨਾਲ x ਕਿੰਨਾ 4x ਹੈ ਆ ਬ੍ਰੈਕਟ ਦੇ ਬਾਹਰ 4x ਲਿਖਤਾ ਤਾਂ ਮਤਲਬ ਬ੍ਰੈਕਟ ਇਹਦੇ ਨਾਲ ਗੁਣਾ ਹੋ ਜੂਗੀ ਜਮਾ ਘਟਾ 5 ਦੀ 1 ਨਾਲ 4 ਦਾ ਵਰਗ 16 x² ਘਟਾ 5 1 ਇਹ ਕਿੰਨਾ ਹੋ ਜੂਗਾ ਛੋਟੀਆਂ ਜਿਮਾਤਾਂ 'ਚ ਪੜਿਆ ਤੁਸੀਂ ਘਟਾ ਦਾ 6 2 4x ਨਾਲ ਹੁਣ ਬਰੈਕਟ ਕੀ ਕਰ ਲੋ ਵੱਡੀ ਦੀ ਥਾਂ ਤੇ ਕੀ ਕਰ ਲੋ ਛੋਟੀ ਕਰ ਲੋ ਕਿਉਂਕਿ ਵਿਚਲੀ ਬਰੈਕਟ ਆਪਣੀ ਹੱਲ ਹੋ ਗਈ -6 4x -5 ਦੀ -1 ਨਾਲ ਕਰਾਂਗੇ -4 ਦੀ -1 ਨਾਲ ਜਮਾ 5 ਦੀ 1 ਨਾਲ 5 16x² 6 ਦੀ 4 ਨਾਲ ਕੀਤੀ 24 ਨਾਲ ਅਗ ਐਕਸ ਆ ਘਟਾ ਆਦਾ ਸੀ ਇਹ ਜਮਾ ਦਾ ਸੀ ਦੋਹਾਂ ਦੀ ਗੋਣਾ ਘਟਾ ਚ ਆ ਗਈ ਜਮਾ ਪੰਜ ਇਹ ਸੀ ਸਵਾਲ ਨੰਬਰ 3 ਆਪਣਾ ਇਹਦੇ ਵਿੱਚੋਂ ਕੁਝ 94 ਸਵਾਲ ਆਪਾਂ ਹੋਰ ਲੈਨੇ ਆ ਦੂਜੇ ਸਵਾਲ ਦੇ ਵਿੱਚੋਂ ਤੇ ਇੱਕ ਦੋ ਸਵਾਲ ਤੁਹਾਡੇ ਲਈ ਵੀ ਮੈਂ ਛੱਡੂਗਾ ਕਿ ਤੁਸੀਂ ਆਪ ਕਰ ਸਕੋ ਇੱਕ ਸਵਾਲ ਮੈਂ ਹੋਰ ਲੈਣਾ ਸਵਾਲ ਨੰਬਰ 5 2x 5y 2x+3y ਹੁਣ ਇਹ ਜਿਹੜਾ ਦੂਜਾ ਪਦ ਹੈ ਇਹਦੇ ਵਿੱਚ ਆਹ ਦਾ x ਹੈ ਆ ਵੀ x ਹੈ a ਦੇ ਵਿੱਚ ਚੱਲ ਆ ਗਿਆ ਕਿਹੜਾ ਚੱਲਾ ਗਿਆ y ਆ ਗਿਆ b ਦੇ ਵਿੱਚ ਵੀ ਚੱਲ y ਆ ਗਿਆ a ਦੀ ਤੁਲਨਾ ਜਿਹੜਾ ਆਪਾਂ ਇਹਦੇ ਨਾਲ ਕਰਾਂਗੇ x ਜਮਾ a x ਜਮਾ b ਨਾਲ ਤਾਂ x ਤਾਂ ਦੀ ਥਾਂ ਤੇ ਕੀ ਹੈ 2x ਹੈ a ਦੀ ਥਾਂ ਤੇ ਕੀ ਹੈ 5y ਹੈ b ਦੀ ਥਾਂ ਤੇ ਕੀ ਹੈ 3y ਹੈ ਦਿਮਾਗ ਦੇ ਵਿੱਚ ਆ ਗੱਲ ਰੱਖ ਲੋ ਹੁਣ ਜਦ ਅਸੀਂ ਉਹ ਤੱਤ ਸਮਕ ਵਰਤਾਂਗੇ ਤਾਂ ਪਹਿਲਾਂ x ਦਾ ਵਰਗ ਜਾਨੀ x ਕੀ ਹੈ 2x ਹੈ 2x ਦਾ ਵਰਗ ਜਮਾ a ਜਮਾ b 5y ਜਮਾ 3y d x x ਦੀ ਥਾਂ ਤੇ ਕੀ ਆ ਗਿਆ 2x ਫਿਰ a b a ਕੀ ਹੈ 5y ਹੈ b ਕੀ ਹੈ 3y ਹੈ 5y ਦੀ 3y 2 ਦਾ ਵਰਗ 4x² 5y ਤੇ 3y 8y b 2x ਨਾਲ 5 3 15 y y ਨਾਲ y ਦਾ ਵਰਗ 1 ਕੀ ਹੈਗਾ 4x ਦਾ ਵਰਗ 8 2 16x ਦੀ y ਨਾਲ ਕੀ xy 15y ਦਾ ਵਰਗ ਸੋ ਬਹੁਤ ਮਹੱਤਵਪੂਰਨ ਸਵਾਲ ਸੀ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਆਪਾਂ ਹੋਰ ਲੈਨੇ ਆਂ ਸਵਾਲ ਨੰਬਰ 6 2a ਦਾ ਵਰਗ 9 d 2a ਦਾ ਵਰਗ 5 ਹੁਣ ਇੱਥੇ x ਦੀ ਥਾਂ ਤੇ ਕੀ ਆ ਗਿਆ 2a ਦਾ ਵਰਗ ਆ ਗਿਆ ਤਾਂ ਸਿੱਧਾ ਆਪਾਂ ਫਾਰਮੂਲਾ ਲਾਣ ਆ ਫਾਰਮੂਲਾ ਹੁਣ ਤੱਕ ਤੁਹਾਡੇ ਯਾਦ ਹੋ ਗਿਆ ਹੋ ਇਹ ਤਤਸਮਕ ਤੁਹਾਡੇ ਹੁਣ ਤੱਕ ਯਾਦ ਹੋ ਗਿਆ ਹੋ ਤਾਂ ਪਹਿਲਾਂ x ਦਾ ਵਰਗ ਯਾਨੀ ਪਹਿਲੀ ਸੰਖਿਆ ਦਾ ਵਰਗ ਪਹਿਲੀ ਸੰਖਿਆ ਕੀ ਹੈ 2a ਦਾ ਵਰਗ ਦਾ ਵਰਗ ਜਮਾ ਪਹਿਲੀ ਸੰਖਿਆ ਕੀ ਹੈ ਹੁਣ 9 a ਯਾਨੀ a 9 ਹੈ b 5 9 5 a b d x ਨਾਲ x ਕੀ ਆਪਣਾ 2 a ਦਾ ਵਰਗ ਹੈ a b ਨਾਲ 2 ਦਾ ਵਰਗ 4 a ਦੇ ਵਰਗ ਦਾ ਵਰਗ a ਦੀ 4 9 ਤੇ 5 14 14 ਦੀ ਗੁਣਾ 2 a ਵਰਗ ਨਾਲ 9 5 45 4a ਦੀ 4 14 ਦੁਨਾ 28 a ਦਾ ਵਰਗ ਜਮਾ 45 ਇਹ ਕੀ ਆ ਗਿਆ ਤੁਹਾਡਾ ਉੱਤਰ ਆ ਗਿਆ ਇੱਕ ਸਵਾਲ ਬੇਟਾ ਆਪਾਂ ਹੋਰ ਲੈਣਾ ਹੈ ਇੱਕੋ ਹੀ ਸਵਾਲ ਆਪਾਂ ਹੋਰ ਲਾਵਾਂਗੇ ਇਹਦੇ ਬੇਸ ਤੇ ਤੁਹਾਡਾ ਜਿਹੜਾ ਪਹਿਲਾ ਅਤੇ ਦੂਜਾ ਸਵਾਲ ਤੁਸੀਂ ਹੱਲ ਕਰ ਸਕਦੇ ਹੋ ਇਹਦਾ ਇੱਕ ਭਾਗ ਹੋਰ ਲਾਵਾਂਗੇ ਭਾਗ ਨੰਬਰ 7 ਐ ਇਸੇ ਸਵਾਲ ਦਾ xyz 4 xyz 2 ਜਿਹੜਾ ਆ ਐਕਸ ਹੈ ਇਹਦੇ ਨਾਲ ਦਾ xyz ਆ ਗਿਆ ਜਿਹੜਾ a ਹੈ ਜਮਾ ਦਾ ਉੱਥੇ ਘਟਾ ਦਾ 4 ਆ ਗਿਆ ਪਹਿਲਾਂ ਤਾਂ ਆਪਾਂ ਉਹਦੇ ਮੁਤਾਬਕ ਢਾਲ ਲਈਏ ਇਹਨੂੰ xyz ਜਮਾ ਬ੍ਰੈਕਟ ਕਰ लो ਵੱਡੀ ਘਟਾ ਦਾ 4 xyz ਜਮਾ ਘਟਾ ਦਾ 2 ਹੋਣਾ ਕੀ ਹੈ ਹੁਣ ਪਹਿਲੇ ਦਾ ਵਰਗ x y z ਦਾ ਵਰਗ ਜਮਾ ਘਟਾ ਦਾ 4 ਜਮਾ ਘਟਾ ਦਾ 2 a ਜਮਾ b ਹੋ ਗਿਆ b ਪਹਿਲੀ ਜਣੀ x ਨਾਲ x y z ਜਮਾ a ਦੀ b ਨਾਲ ਘਟਾ 4 ਦੀ ਘਟਾ 2 ਨਾਲ ਜਦੋਂ ਇਹਦਾ ਵਰਗ ਕਰਾਂਗੇ x² ਹੋ ਜਾਊਗਾ y ਦਾ ਵੀ ਵਰਗ ਹੋ ਜਾਊ z ਦਾ ਵੀ ਵਰਗ ਹੋ ਜਾਊਗਾ ਤੇਨੇ ਆਪਸ ਚ ਗੁਣਾ ਨਹੀਂ ਗੁਣਾ ਰਹਿਣਗੇ ਇਹਦਾ ਵਰਗ ਅਲੱਗ ਹੋ ਜੂ ਇਹਦਾ ਵਰਗ ਅਲੱਗ ਹੋ ਜੂ ਇਹਦਾ ਵਰਗ ਅਲੱਗ ਹੋ ਜੂ ਕਟਾ 4 ਜੋੜ ਕਟਾ ਦੋ ਇਹ ਕਿ ਆ ਗਿਆ ਕਟਾ ਦਾ 6 d x y z ਨਾਲ 4 2 ਨਾਲ ਕਰਾਂਗੇ 8 ਕਟਾ ਦੀ ਗੁਣਾ ਕਟਾ ਨਾਲ ਕਰਾਂਗੇ ਜਮਾ ਤਾਂ ਜਮਾ ਦੀ ਨਿਸ਼ਾਨੀ ਤਾਂ ਪਹਿਲੀ ਪਈ ਇਹਦੇ ਅੱਗੇ x ਦਾ ਵਰਗ y ਦਾ ਵਰਗ z ਦਾ ਵਰਗ ਹੁਣ ਇਹ ਕਿ ਆਜੂ ਘਟਾ ਦਾ 6xyz ਘਟਾ 6 ਦੀ ਗੁਣਾ ਗੁਣਾ ਕਰਾਂਗੇ ਘਟਾ ਦਾ 6xyz 8 x ਦਾ ਵਰਗ y ਦਾ ਵਰਗ z ਦਾ ਵਰਗ ਜੋੜ ਦੀ ਘਟਾ ਨਾਲ ਗੁਣਾ ਕਰਾਂਗੇ ਜੋੜ ਬਾਹਰ ਪਿਆ ਬਰੈਕਟ ਦੇ ਵਿੱਚ ਘਟਾਇਆ ਪਿਆ ਤਾਂ ਕਿ ਹੋ ਜੂ ਘਟਾ ਹੋ ਜੂ 6xyz 8 ਇਹ ਇਹਦਾ ਕੀ ਆ ਗਿਆ ਉੱਤਰ ਆ ਗਿਆ ਤਾ ਬੇਟਾ ਹੁਣ ਤੱਕ ਅਸੀਂ ਕੀਤਾ ਕੀ ਇਹ ਆਪਾਂ ਕੀਤਾ ਕੁਝ ਮਿਆਰੀ ਤਤਸਮਕ ਸੀਗੇ ਉਹਨਾਂ ਦੀ ਵਰਤੋਂ ਕੀਤੀ ਅਤੇ ਇੱਕ ਤਤਸਮਕ ਹੋਰ ਕਰਾਇਆ ਸੀ ਜੋ ਵੀ ਆਪਣੇ ਆਪ ਦੇ ਵਿੱਚ ਮਿਆਰੀ ਨਾਲੋਂ ਘੱਟ ਨਹੀਂ ਇਨ੍ਹਾਂ ਸਾਰੇ ਤਤਸਮਕਾਂ ਦੀ ਵਰਤੋਂ ਕਰਦੇ ਹੋਏ ਅਸੀਂ ਕੀ ਕੀਤਾ ਗੁਣ ਫਲ ਨੂੰ ਹੱਲ ਕੀਤਾ ਬਸ ਇੱਕ ਗੱਲ ਯਾਦ ਰੱਖਣੀ ਹੈ ਕਿ ਤੁਹਾਡਾ ਜਦੋਂ ਤੁਸੀਂ ਗੁਣਫਲ ਕਰਨਾ ਤਾਂ ਤਤਸਮਕ ਦੇ ਵਿੱਚ ਜਦੋਂ a b ਦਾ ਵਰਗ ਮੰਨ ਲਓ ਇੱਕ ਤਤਸਮਕ ਹੈ ਜਦੋਂ ਤੁਸੀਂ ਪੜਦੇ ਹੋ a ਦਾ ਵਰਗ 2ab b ਦਾ ਵਰਗ ਜਦੋਂ ਤੁਸੀਂ ਇਸ ਨੂੰ ਪੜਦੇ ਹੋ ਤਾਂ a ਦਾ ਮਤਲਬ ਹਮੇਸ਼ਾ ਪਹਿਲੀ ਸੰਖਿਆ ਹੈ b ਦਾ ਮਤਲਬ ਕੀ ਹੈ ਦੂਜੀ ਸੰਖਿਆ ਹੈ ਪਹਿਲੀ ਤੇ ਦੂਜੀ ਸੰਖਿਆ ਹੈਗੀ ਇਹ ਮੰਨ ਲਓ ਅਸੀਂ ਮੈਂ ਕਹਾਂਗੇ 2a 3b ਦਾ ਵਰਗ ਹੁਣ ਇੱਥੇ ਵੀ ਤੁਸੀਂ ਜਿਹੜਾ ਇਸ ਨੂੰ ਇੱਕ ਤਰੀਕੇ ਨਾਲ a ਮੰਨ ਲੈਣਾ ਹੈ ਇਸ ਨੂੰ ਇੱਕ ਤਰੀਕੇ ਨਾਲ ਕੀ ਮੰਨ ਲੈਣਾ ਹੈ b ਮੰਨ ਲੈਣਾ ਹੈ ਜਿੱਥੇ ਜਿੱਥੇ a ਦਾ ਸਕੁਅਰ ਹੋਇਆ ਉੱਥੇ 2a ਦਾ ਸਕੁਅਰ ਕਰ ਦਿਓ ਜਿੱਥੇ b ਦਾ ਸਕੁਅਰ ਹੋਇਆ ਉੱਥੇ 3b ਦਾ ਸਕੁਅਰ ਕਰ ਦਿਓ ਜਿੱਥੇ 2 ਦੀ ਗੁਣਾ a ਤੇ b ਨਾਲ ਹੋਈ ਹੈ ਤੇ 2 ਦੀ ਗੁਣਾ 2a ਤੇ 3b ਨਾਲ ਕਰ ਦਿਓ ਇਸ ਤਰੀਕੇ ਤੁਸੀਂ ਇਸ ਨੂੰ ਕੀ ਕਰ ਸਕਦੇ ਹੋ ਹੱਲ ਕਰ ਸਕਦੇ ਹੋ ਸੋ ਅੱਜ ਦੇ ਲੈਕਚਰ ਵਿੱਚ ਇੰਨਾ ਹੀ ਹੈ ਜਲਦੀ ਹੀ ਅਸੀਂ ਜਿਹੜਾ ਬੀਜਗਨਿਤਕ ਅਤੇ ਬੀਜਗਨਿਤਕ ਵਿਅੰਜਕ ਅਤੇ ਤੱਤਸਮਕ ਦਾ ਜੋ ਅਭਿਆਸ 9.5 ਸ਼ੁਰੂ ਕੀਤਾ ਹੈ ਇਸ ਦਾ ਭਾਗ 2 ਲੈ ਕੇ ਆਵਾਂਗੇ ਤੇ ਇਸ ਦੇ ਅਗਲੇ ਸਵਾਲਾਂ ਨੂੰ ਅਸੀਂ ਹੱਲ ਕਰਾਂਗੇ ਸੋ ਅੱਜ ਦੇ ਲਈ ਤੁਹਾਨੂੰ ਸਭ ਨੂੰ ਅਲਵਿਦਾ ਕਹਿੰਦਾ ਹਾਂ ਧੰਨਵਾਦ